ਸਿੰਗਰ ਐਕਟਰ ਤੇ ਪ੍ਰੋਡਿਊਸਰ ਗਿੱਪੀ ਗਰੇਵਾਲ ਤੇ ਉਹਨਾਂ ਦੀ ਵਾਈਫ ਰਵਨੀਤ ਕੌਰ ਗਰੇਵਾਲ ਨੇ ਸੋਸ਼ਲ ਮੀਡੀਆ ਤੇ ਇੱਕ ਸਪੈਸ਼ਲ ਵੀਡੀਓ ਕੀਤੀ ਸਾਂਝੀ। ਦਰਅਸਲ ਇਹ ਵੀਡੀਓ ਇੱਕ ਪਾਰਟੀ ਦੀ ਹੈ ਜਿੱਥੇ ਕਿ ਰਵਨੀਤ ਕੌਰ ਗਰੇਵਾਲ ਤੇ ਗਿੱਪੀ ਗਰੇਵਾਲ ਦੀ ਪੂਰੀ ਫੈਮਿਲੀ ਸੈਲੀਬ੍ਰੇਟ ਕਰਦੀ ਹੋਈ ਨਜ਼ਰ ਆ ਰਹੀ ਹੈ। ਹਾਲ ਹੀ ਦੇ ਵਿੱਚ ਰਵਨੀਤ ਕੌਰ ਗਰੇਵਾਲ ਦਾ ਜਨਮ ਦਿਨ ਵੀ ਨਿਕਲਿਆ ਤੇ ਦੱਸਦੀ ਹੈ ਕਿ ਇਹ ਵੀਡੀਓ ਰਵਨੀਤ ਕੌਰ ਗਰੇਵਾਲ ਦੇ ਜਨਮ ਦਿਨ ਦੀ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ ਹੈ ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਦੋਹਾਂ ਦੇ ਵੱਲੋਂ ਕੋਲਾਬੋਰੇਸ਼ਨ ਕਰਕੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ ਤੇ ਦੱਸਦੀ ਹੈ ਕਿ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਆਲ ਡ੍ਰੀਮਸ ਕੈਨ ਕਮ ਟ्रू ਇਫ ਵੀ ਹੈਵ ਦਾ ਕਰੇਜ ਟੂ ਪਰਸੂ 뎀 ਯਾਨਕੀ ਸਾਰੇ ਸੁਪਨੇ ਸੱਚ ਹੋ ਸਕਦੇ ਨੇ ਜੇ ਸਾਡੇ ਵਿੱਚ ਹਿੰਮਤ ਹੈ ਉਹਨਾਂ ਨੂੰ ਪੂਰਾ ਕਰਨ ਦੀ ਸੋ ਜਿਹੀ ਵੀਡੀਓ ਸਾਂਝੀ ਕਰਨ ਦੇ ਨਾਲ ਨਾਲ ਇੱਕ ਕੈਪਸ਼ਨ ਵੀ ਲਿਖੀ ਹੈ ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਨੇ ਤੇ ਦੱਸਦੀ ਹੈ ਕਿ ਇਸ ਵੀਡੀਓ ਦੇ ਵਿੱਚ ਸਾਨੂੰ ਗਿੱਪੀ ਗਰੇਵਾਲ ਤੇ ਰਵਨੀਤ ਕੌਰ ਦੇ ਨਾਲ ਨਾਲ ਉਹਨਾਂ ਦੇ ਬੱਚੇ ਸ਼ੰਦਾ ਗਰੇਵਾਲ, ਏਕਮ ਗਰੇਵਾਲ ਤੇ ਗੁਰਬਾਜ਼ ਗਰੇਵਾਲ ਵੀ ਨਜ਼ਰ ਆ ਰਹੇ ਨੇ। ਇਹ ਵੀਡੀਓ ਰਵਨੀਤ ਕੌਰ ਗਰੇਵਾਲ ਦੀ ਬਰਥਡੇ ਪਾਰਟੀ ਦੀ ਹੈ ਤੇ ਰਵਨੀਤ ਕੌਰ ਗਰੇਵਾਲ ਕਾਫੀ ਸੋਹਣੀ ਲੱਗ ਰਹੇ ਨੇ ਇਸ ਵੀਡੀਓ ਦੇ ਵਿੱਚ। ਇਸ ਵੀਡੀਓ ਦੇ ਵਿੱਚ ਅਸੀਂ ਕੇਕ ਕੱਟਦੇ ਹੋਏ ਵੀ ਰਵਨੀਤ ਕੌਰ ਗਰੇਵਾਲ ਨੂੰ ਵੇਖ ਸਕਦੇ ਹਾਂ ਤੇ ਇਸ ਤੋਂ ਇਲਾਵਾ ਕਈ ਸਾਰੇ ਨੀਅਰਸ ਐਂਡ ਡੀਅਰਸ ਵੀ ਪਹੁੰਚੇ ਹੋਏ ਨੇ ਇਸ ਪਾਰਟੀ ਦੇ ਉੱਤੇ। ਸੋ ਇਹ ਵੀਡੀਓ ਦਰਸ਼ਕਾਂ ਨੂੰ ਕਾਫੀ ਜ਼ਿਆਦਾ ਪਸੰਦ ਆ ਰਹੀ ਹੈ ਤੇ ਕਾਫੀ ਸਾਰੇ ਕਮੈਂਟਸ ਦੇ ਵਿੱਚ ਰਵਨੀਤ ਕੌਰ ਗਰੇਵਾਲ ਨੂੰ ਬਰਥਡੇ ਵਿਸ਼ਵੀ ਕੀਤਾ ਗਿਆ ਤੇ ਇਸ ਤੋਂ ਇਲਾਵਾ ਦੱਸਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਗਿੱਪੀ ਗਰੇਵਾਲ ਬੈਕ ਟੂ ਬੈਕ ਫਿਲਮਾਂ ਲੈ ਕੇ ਆਉਣ ਵਾਲੇ ਨੇ ਦੱਸਦੀ ਹੈ ਕਿ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ ਮੋਜਾ ਹੀ ਮੋਜਾ 20 ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ ਫਿਲਮ ਦੇ ਵਿੱਚ ਗਿੱਪੀ ਗਰੇਵਾਲ ਦੇ ਨਾਲ ਨਾਲ ਬੀਨੂ ਢਿੱਲੋਂ ਤੇ ਕਰਮਜੀਤ ਅਨਮੋਲ ਵੀ ਨਜ਼ਰ ਆਉਣਗੇ ਤੇ ਫਿਲਮ ਨੂੰ ਡਾਇਰੈਕਟ ਸਮੀਪ ਕੰਗ ਨੇ ਕੀਤਾ ਹੈ ਤੇ ਜਿਸ ਤੋਂ ਬਾਅਦ ਪ੍ਰੋਡਿਊਸਰ ਦੀ ਗੱਲ ਕੀਤੀ ਜਾ ਇਹ ਤੇ ਅਮਰਦੀਪ ਗਰੇਵਾਲ ਫਿਲਮ ਦੇ ਪ੍ਰੋਡਿਊਸਰ ਨੇ ਈਸਟ ਸਨਸ਼ਾਈਨ ਪ੍ਰੋਡਕਸ਼ਨਸ ਦੇ ਬੈਨਰ ਹੇਠੇ ਫਿਲਮ ਵੀ ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ ਇਸ ਤੋਂ ਬਾਅਦ ਦੱਸਦੀ ਕਿ ਫਿਲਮ ਜੱਟ ਨੂੰ ਚੁੜੈਲ ਟੱਕਰੀ ਵੀ ਜਲਦੀ ਹੀ ਲੈ ਕੇ ਆਉਣ ਵਾਲੇ ਨੇ ਗਿੱਪੀ ਗਰੇਵਾਲ ਤੇ ਇਸ ਦੇ ਨਾਲ ਹੀ ਵਾਰਨਿੰਗ 2 ਜਿਨੇ ਲਾਹੌਰ ਨਹੀਂ ਵੇਖਿਆ ਸ਼ੇਰਾਂ ਦੀ ਕਾਮ ਪੰਜਾਬੀ ਵਰਗੀਆਂ ਕਈ ਫਿਲਮਾਂ ਗਿੱਪੀ ਗਰੇਵਾਲ ਆਪਣੇ ਫੈਨਸ ਦੇ ਲਈ ਬੈਕ ਟੂ ਬੈਕ ਲੈ ਕੇ ਆਉਣ ਵਾਲੇ ਨੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ ਕਿੰਨੇ ਐਕਸਾਈਟਿਡ ਹੋ ਇਹਨਾਂ ਫਿਲਮਾਂ ਲਈ ਵੀ ਦੱਸਣਾ ਬਿਲਕੁਲ ਪੁਲਨਾ ਸੋ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਨਾ ਹੀ ਪੋਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ